हेलो सत श्री अकाल जी सारे जणे, तुसी वेख रहे हो प्रीत मौली वाला यूट्यूब चैनल। तो अज असी आ चुके हैं मॉडर्न शूज फगवाड़ा वालियां दे। तो सब तो पहला इस शॉप दे आपां ओनर दे नाल गल करदे हां। की हाल चाल है भाजी? सत श्री अकाल भाजी, बहुत वधिया जी, जी आया नूं तुहानूं मोस्ट वेलकम जी। तो अज भाजी वीवरां नूं अपणे नूं कीहड़ी कलैक्शन दिखाउण जा रहे हो? साडे कोल भाजी जेंट्स ब्रांडेड शूज काफ़ी आए हुए हैं, बहुत सारी कलैक्शन आई हुई है मॉडर्न शूज दे उत्ते। तकरीबन सारे ब्रांडेड शूज तुहानूं इक्को ही स्टोर दे अंदर मिलणगे, मॉडर्न शूज बंगा रोड फगवाड़ा नीयर पुलिस स्टेशन। बहुत वरायटी मिलेगी तुहानू, जिहड़ा मर्जी ब्रांड लै लो तुसीं, इक्को ही छत हेठां तुहानू सारे ब्रांड मिलणगे। लेडीज़ दे बहुत कलैक्शन मिलेगी, सो आओ तुहानू दिखाने अज्ज बहुत सारी कलैक्शन नवीं आई हुई है भाजी। ਭਾਜੀ ਕਲੈਕਸ਼ਨ ਤਾਂ ਬਹੁਤ ਹੈ, ਆਪਾਂ ਸਟਾਰਟ ਕਿੱਥੋਂ ਕਰੀਏ ਭਾਜੀ? ਹੁਣ ਭਾਜੀ ਸਾਡੇ ਕੋਲ ਬਹੁਤ ਹਿਊਜ ਕਲੈਕਸ਼ਨ ਆਈ ਹੋਈ ਆ। ਪਹਿਲੇ ਆਪਾਂ ਦਿਖਾਉਂਦੇ ਹਾਂ ਸਪੋਰਟ ਸ਼ੂਜ਼, ਜੈਂਟਸ ਦੇ ਸਪੋਰਟ ਸ਼ੂਜ਼ ਵਰਾਇਟੀ ਬਹੁਤ ਆਈ ਆ। ਆਹ ਦੇਖੋ ਭਾਜੀ, ਨਾਈਕੀ ਦੇ ਸ਼ੂਜ਼ ਆਏ ਆ, ਜੋਰਡਨ ਦੇ ਸ਼ੂਜ਼ ਆ ਸਾਡੇ ਕੋਲ, ਐਡੀਡਾਸ ਦੇ ਸ਼ੂਜ਼ ਆ, ਸਕੈਚਰਸ ਦੇ ਸ਼ੂਜ਼ ਆ, ਹਰ ਤਰ੍ਹਾਂ ਦੀ ਕਲੈਕਸ਼ਨ ਤੁਹਾਨੂੰ ਮਿਲੇਗੀ। ਈਵਨ ਸਕੈਚਰਸ ਦੇ ਬਹੁਤ ਹੀ ਵਧੀਆ ਸ਼ੂਜ਼, ਕੰਫਰਟੇਬਲ ਡਿਊਰੇਬਲ ਵਿਦ ਬਿੱਲ ਓਰੀਜਨਲ ਸਕੈਚਰਸ ਦੇ ਸ਼ੂਜ਼ ਤੁਹਾਨੂੰ ਇੱਕੋ ਹੀ ਸਟੋਰ ਆ ਫਗਵਾੜਾ ਦੇ ਵਿੱਚ, ਜਿੱਥੇ ਮਿਲਣਗੇ ਮਾਡਰਨ ਸ਼ੂਜ਼ ਬੰਗਾ ਰੋਡ ਫਗਵਾੜਾ। ਸੋ ਹੋਰ ਵੀ ਬਹੁਤ ਕਲੈਕਸ਼ਨ ਆਈ ਹੋਈ ਹੈ। ਲੈਦਰ ਦੇ ਸ਼ੂਜ਼ ਤੁਹਾਨੂੰ ਮਿਲ ਜਾਣਗੇ, ਸਲਿੱਪਰਸ ਬਾਥਰੂਮ ਸਲਿੱਪਰਸ ਮਿਲ ਜਾਣਗੇ, ਵੀ ਸ਼ੇਪ ਚੱਪਲਾਂ ਮਿਲ ਜਾਣਗੀਆਂ, ਸੈਂਡਲਸ ਮਿਲ ਜਾਣਗੇ। ਲਓ ਜੀ, ਜੇ ਆਪਾਂ ਵਿਆਹ ਸ਼ਾਦੀ ਦੀ ਗੱਲ ਕਰੀਏ ਤਾਂ ਮੁੰਡੇ ਨੂੰ ਦੁਲਹੇ ਨੂੰ ਬਹੁਤ ਵਧੀਆ ਵਧੀਆ ਕਲੈਕਸ਼ਨ ਚਾਹੀਦੀ ਹੁੰਦੀ ਆ। ਸੋ ਆਹ ਕਲੈਕਸ਼ਨ, ਆਹ ਦੇਖੋ ਬਿਲਕੁਲ ਲੇਟੈਸਟ ਕਲੈਕਸ਼ਨ ਆਈ ਆ, ਜਿਹੜੀ ਗਰੂਮ ਦੇ ਲਈ ਹੈਗੀ ਕਲੈਕਸ਼ਨ, ਬਹੁਤ ਹੀ ਪਿਆਰੀ ਕਲੈਕਸ਼ਨ ਆ। ਇਸ ਤਰ੍ਹਾਂ ਦੇ ਡਿਜ਼ਾਈਨਰ ਸ਼ੂਜ਼ ਮਿਲਣਗੇ, ਵਿਆਹ ਸ਼ਾਦੀਆਂ 'ਤੇ ਪਾਉਣ ਲਈ ਮਿਲਣਗੇ, ਪਾਰਟੀਜ਼ 'ਤੇ ਪਾਉਣ ਲਈ, ਹਰ ਤਰ੍ਹਾਂ ਦੀ ਕਲੈਕਸ਼ਨ ਆਈ ਹੋਈ ਆ। ਪੰਜਾਬੀ ਜੁੱਤੀ, ਪੰਜਾਬੀ ਵਿਰਸਾ, ਜੇ ਗੱਲ ਕਰੀਏ ਪੰਜਾਬ ਦੀ ਅਤੇ ਪੰਜਾਬੀ ਵਿਰਸੇ ਦੀ ਗੱਲ ਨਾ ਹੋਵੇ ਉਹ ਫਿਰ ਮਜ਼ਾ ਨਹੀਂ ਆਉਂਦਾ। ਸੋ ਪੰਜਾਬ ਦੇ ਕਲਚਰ ਨਾਲ ਜੁੜੀਆਂ ਸਾਡੀਆਂ ਪੰਜਾਬੀ ਜੁੱਤੀ, ਪਾਕਿਸਤਾਨੀ ਪੰਜਾਬੀ ਜੁੱਤੀਆਂ, ਲੈਦਰ ਦੀਆਂ, ਪਿਓਰ ਲੈਦਰ ਦੀਆਂ ਪੰਜਾਬੀ ਜੁੱਤੀ, ਮਾਡਰਨ ਸ਼ੂਜ਼ ਬੰਗਾ ਰੋਡ ਫਗਵਾੜਾ ਦੇ ਉੱਤੇ ਮਿਲਣਗੀਆਂ। ਸ਼ੇਰਵਾਨੀ ਦੇ ਨਾਲ ਅੱਜ ਕੱਲ੍ਹ ਆਹ ਚੀਜ਼ਾਂ ਚੱਲਦੀਆਂ ਅਚਕਨ, ਸੋ ਇਹਦੀ ਵੀ ਪੂਰੀ ਹਿਊਜ ਰੇਂਜ ਮਾਡਰਨ ਸ਼ੂਜ਼ ਬੰਗਾ ਰੋਡ ਫਗਵਾੜਾ ਦੇ। ਅਤੇ ਜਿਸ ਤਰ੍ਹਾਂ ਤੁਹਾਨੂੰ ਨਾਮ ਤੋਂ ਤਾਂ ਪਤਾ ਲੱਗੇ ਗਿਆ ਹੋਣਾ ਮਾਡਰਨ ਸ਼ੂਜ਼, ਅਤੇ ਆਪਣੀ ਜਿਹੜੀ ਕਲੈਕਸ਼ਨ ਦੇਖ ਸਕਦੇ ਹੋ ਅਤੇ ਸਾਰੀ ਜਿਹੜੀ ਔਨਲਾਈਨ 'ਤੇ ਵੀ ਅਵੇਲੇਬਲ ਨਹੀਂ ਹੁੰਦੀ ਭਾਈ ਦੀ ਸ਼ੋਪ ਦੇ ਉੱਤੇ ਜਿਹੜੀ ਹੈਗੀ ਅਵੇਲੇਬਲ ਹੋ ਜਾਂਦੀ ਆ। ਅਤੇ ਆਪਾਂ ਹੋਰ ਵੀ ਹਾਲੇ ਕਲੈਕਸ਼ਨ ਭਾਈ ਤੋਂ ਆਪਾਂ ਦੇਖਣੀ ਆ, ਹੋਰ ਭਾਜੀ ਕਿਹੜੀ ਕਲੈਕਸ਼ਨ ਹੈਗੀ? ਸੋ ਭਾਜੀ ਆਪਣੇ ਕੋਲ, ਲਓ ਜੀ, ਅੱਜ ਕੱਲ੍ਹ ਇਹਦਾ ਸ਼ੂਜ਼ ਦਾ ਬਹੁਤ ਜ਼ਿਆਦਾ ਡਿਜ਼ਾਇਨ, ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ, ਥੋੜ੍ਹਾ ਐਂਕਲ ਸ਼ੂਜ਼, ਚੈਲਸੀ ਕਹਿੰਦੇ ਇਹਨੂੰ ਭਾਜੀ ਸ਼ੂਜ਼ ਨੂੰ। ਇਹਦੇ ਵਿੱਚ ਸਾਰੀ ਤਰ੍ਹਾਂ ਦੀ ਕਲੈਕਸ਼ਨ ਮਿਲੇਗੀ, ਬਰਾਊਨ ਕਲਰ, ਬਲੈਕ ਕਲਰ, ਸਵੇਡ ਦੇ ਵਿੱਚ, ਲੈਦਰ ਦੇ ਵਿੱਚ, ਹਰ ਤਰ੍ਹਾਂ ਦੀ ਕਲੈਕਸ਼ਨ ਮਿਲੇਗੀ। ਬ੍ਰਾਂਡਡ ਸ਼ੂਜ਼ ਮਿਲਣਗੇ, ਲੀ ਕੁੱਪਰ ਮਿਲਣਗੇ, ਰੈਟੇ ਮਿਲਣਗੇ, ਪੈਰੀ ਕਾਰਡਨ ਮਿਲਣਗੇ। ਸੋ ਹੋਰ ਵੀ ਬਹੁਤ ਸਾਰੀ ਕਲੈਕਸ਼ਨ ਆਈ ਹੋਈ, ਡਿਜ਼ਾਈਨਰ ਸ਼ੂਜ਼ ਸਾਡੇ ਕੋਲ ਬਹੁਤ ਵਧੀਆ ਵਧੀਆ ਆਏ ਹੋਏ ਆ। ਇਸ ਤਰ੍ਹਾਂ ਦੀ ਕਲੈਕਸ਼ਨ ਤੁਹਾਨੂੰ ਹੋਰ ਵੀ ਆਪਾਂ ਦੇ ਸਕਦੇ ਹਾਂ। ਅਤੇ ਭਾਈ ਤੁਸੀਂ ਆ ਜਿਹੜੇ ਸ਼ੂਜ਼ ਦੀ ਕਲੈਕਸ਼ਨ ਦਿਖਾ ਰਹੇ ਹੋ ਜੀ ਭਾਜੀ, ਇਹਦੇ ਵਿੱਚ ਆਪਣੀਆਂ ਹੋਰ ਜਿਹੜੀਆਂ ਸ਼ੋਪਸ ਹੈਗੀਆਂ ਉਹਨਾਂ ਨਾਲ ਕੋਈ ਡਿਫਰੈਂਸ ਹੋਊਗਾ? ਹਾਂਜੀ ਹਾਂਜੀ ਭਾਜੀ, ਪਹਿਲੀ ਤਾਂ ਗੱਲ ਕਰੀਏ ਜੇ ਆਪਾਂ ਬ੍ਰਾਂਡ ਸ਼ੂਜ਼ ਦੀ ਗੱਲ ਕਰੀਏ ਤਾਂ ਬ੍ਰਾਂਡਡ ਸ਼ੂਜ਼ ਦੇ ਉੱਤੇ ਹਰ ਇੱਕ ਸ਼ੂਜ਼ ਦੇ ਉੱਤੇ ਪ੍ਰਾਈਜ਼ ਲੱਗ ਕੇ ਆਉਂਦਾ। ਦੇਖੋ ਜਿੱਦਾਂ ਆਈਡੀ ਦਾ ਸ਼ੂਜ਼ ਹੈ, ਆਲ ਓਵਰ ਇੰਡੀਆ ਸੇਮ ਪ੍ਰਾਈਜ਼ ਹੋਏਗਾ, 2985 ਰੁਪਈਏ। ਤੁਸੀਂ ਕਿਸੇ ਵੀ ਸਟੋਰ 'ਤੇ ਜਾਓਗੇ ਤੁਹਾਨੂੰ ਸੇਮ ਪ੍ਰਾਈਜ਼ 'ਤੇ ਮਿਲੇਗਾ, ਬਟ ਜੋ ਪ੍ਰਾਈਜ਼ ਅਸੀਂ ਦੇਵਾਂਗੇ ਉਹ ਫਗਵਾੜਾ ਕੀ ਮੈਂ ਕਹਿੰਦਾ ਪੂਰੇ ਪੰਜਾਬ 'ਚ ਵੀ ਕੋਈ ਨਹੀਂ ਦੇ ਸਕਦਾ, ਕਿਉਂਕਿ ਅਸੀਂ ਜੋ ਪ੍ਰਾਈਜ਼ ਦੇ ਉੱਤੇ ਅਸੀਂ ਪਰਚੇਸ ਕਰਦੇ ਹਾਂ, ਅਸੀਂ ਬਲਕ 'ਚ ਮਾਲ ਲੈਂਦੇ ਹਾਂ ਅਤੇ ਬਲਕ 'ਚ ਮਾਲ ਵੇਚਦੇ ਹਾਂ, ਸੋ ਸਾਡੇ ਪ੍ਰਾਈਜ਼ ਕੰਪੇਅਰ ਕਰਨੇ ਬਹੁਤ ਮੁਸ਼ਕਿਲ ਹੈ ਜੀ। ਸੋ ਬਹੁਤ ਜ਼ਿਆਦਾ ਲੈਸ ਮਿਲੇਗੀ, ਅਸੀਂ ਬਾਕੀ ਦੁਕਾਨਾਂ ਨਾਲੋਂ ਬਹੁਤ ਜ਼ਿਆਦਾ ਲੈਸ ਦੇਵਾਂਗੇ ਅਤੇ ਬਹੁਤ ਜ਼ਿਆਦਾ ਹਿਊਜ ਕਲੈਕਸ਼ਨ ਦੇਵਾਂਗੇ, ਵਰਾਇਟੀ ਦੇਵਾਂਗੇ, ਬ੍ਰਾਂਡਡ ਸ਼ੂਜ਼ ਦੇਵਾਂਗੇ ਤੁਹਾਨੂੰ। ਸੋ ਜੇ ਗੱਲ ਕਰੀਏ ਬ੍ਰਾਂਡ ਦੀ, ਤਾਂ ਬ੍ਰਾਂਡ ਆਪਣੇ ਆਪ 'ਚ ਹੀ ਇੱਕ ਲੈਸ ਆ, ਜੇ ਬ੍ਰਾਂਡ 'ਚ ਨਾ ਵੀ ਲੈਸ ਮਿਲੇ ਤਾਂ ਵੀ ਇੱਕ ਲੈਸ ਹੀ ਕਹਿ ਲਓ। ਬਹੁਤ ਵਧੀਆ ਵਧੀਆ ਸ਼ੂਜ਼ ਆਏ ਹੋਏ ਆ ਜੀ, ਆਹ ਦੇਖੋ ਪ੍ਰਾਈਜ਼ 3999, 4000 ਦਾ ਸ਼ੂ ਆ, ਬਟ ਇਹਦੇ ਵਿੱਚ ਵੀ ਅਸੀਂ ਤੁਹਾਨੂੰ ਉਹ ਪ੍ਰਾਈਜ਼ ਦੇਵਾਂਗੇ ਜੋ ਪੰਜਾਬ 'ਚ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ। ਅਤੇ ਭਾਅ ਜੀ ਜਿਹੜੇ ਆਪਾਂ ਤੁਸੀਂ ਆਹ ਲੈਸ ਦੀ ਗੱਲ ਕੀਤੀ ਆ, ਇਹ ਸਾਰੀ ਕਲੈਕਸ਼ਨ ਵਿੱਚ ਆਪਾਂ ਨੂੰ ਆਫ ਮਿਲ ਜੂਗਾ? ਮੈਂ ਕਿਹਾ ਭਾਅ ਜੀ ਤੁਹਾਡੀ ਵੀਡੀਓ ਦੇਖ ਕੇ, ਵੈਸੇ ਇਹਦੇ ਵਿੱਚ ਅਸੀਂ ਬਹੁਤੀ ਆਫ ਨਹੀਂ ਕਰਦੇ, ਬਟ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਉਹਦੇ ਵਿੱਚ ਅਸੀਂ ਉਹਨੂੰ ਜ਼ਰੂਰ ਡਿਸਕਾਊਂਟ ਕਰਾਂਗੇ। ਅਤੇ ਤੁਸੀਂ ਦੇਖ ਸਕਦੇ ਹੋ ਇਹ ਇੱਕ ਵੱਡਾ ਧਮਾਕਾ ਆ ਕਿ ਜਿਹੜਾ ਪ੍ਰੀਤ ਮੌਲੀ ਵਾਲਾ ਯੂਟਿਊਬ ਚੈਨਲ ਦੀ ਵੀਡੀਓ ਦੇਖ ਕੇ ਆਏਗਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਆਏਗਾ, ਅਤੇ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਆਫ ਮਿਲੂਗਾ ਅਤੇ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਵੀ ਮਿਲੂਗਾ। ਅਤੇ ਭਾਅ ਜੀ ਤੁਸੀਂ ਬ੍ਰਾਂਡਸ ਦੀ ਤਾਂ ਗੱਲ ਕਰ ਰਹੇ ਹੋ, ਜਿਹੜੀ ਆਪਣੇ ਸ਼ੋਪ ਦੇ ਉੱਤੇ ਵਿਜ਼ਿਟ ਕਰਦੇ ਨੇ ਕਸਟਮਰ ਉਹ ਸੈਟੀਸਫਾਈਡ ਨੇ? ਭਾਅ ਜੀ ਸਾਡੀ ਬਹੁਤ ਪੁਰਾਣੀ ਸ਼ੋਪ ਆ, 45 ਸਾਲ ਪੁਰਾਣੀ ਸਾਡੀ ਸ਼ੋਪ ਆ, ਅਤੇ ਜਿਹੜੇ ਸਾਡੇ ਕਸਟਮਰ ਆ ਉਹ ਬਹੁਤ ਹੀ ਸੈਟਿਸਫਾਈਡ ਆ, ਸਾਡੇ ਕੋਲ ਬਹੁਤ ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ। ਸੋ ਆਹ ਕਸਟਮਰ ਬੈਠੇ ਹੋਏ ਆ ਸਾਡੇ ਕੋਲ, ਮੈਨੂੰ ਲੱਗਦਾ ਇਹ ਭਾਅ ਜੀ ਹੋਣੀ ਸਾਡੇ ਕੋਲ 10 ਤੋਂ 15 ਸਾਲਾਂ ਤੋਂ ਆ ਰਹੇ ਆ ਜੀ। ਅਤੇ ਭਾਅ ਜੀ ਕਦੋਂ ਤੋਂ ਸ਼ੋਪਿੰਗ ਕਰ ਰਹੇ ਹੋ? ਮੈਂ ਭਾਅ ਜੀ ਬਹੁਤ ਚਿਰ ਤੋਂ ਇਹਨਾਂ 'ਤੇ ਆ ਰਿਹਾ ਵਾਂ, ਬਹੁਤ ਹੀ ਸੁੰਦਰ ਵਰਾਇਟੀ ਇਹਨਾਂ ਦੇ, ਬਹੁਤ ਹੀ ਵਧੀਆ ਸ਼ੂਜ਼ ਮਿਲਦੇ ਆ, ਅਸੀਂ ਤਾਂ ਕਰਕੇ ਇੱਥੇ ਹੀ ਆਈਦਾ, ਇੱਥੋਂ ਹੀ ਸ਼ੋਪਿੰਗ ਕਰਦੇ, ਆਪਣੇ ਸਾਰੇ ਜਿੰਨੇ ਵੀ ਸਰਕਲ ਦੇ ਮੁੰਡੇ ਆ ਇਹਨਾਂ ਕੋਲ ਹੀ ਆਈਦਾ। ਜਿਹੜੀ ਬ੍ਰਾਂਡ ਦੀ ਗੱਲ ਕਰਦੇ ਹੋ ਕੁਆਲਿਟੀ ਮਿਲਦੀ ਆ ਤੁਹਾਨੂੰ? ਬਿਲਕੁਲ ਮਿਲਦੀ ਆ, ਆਈਡੀ, ਲੀਕ ਉੱਪਰ, ਜੈਕਰੇਵਲ, ਬਹੁਤ ਸੋਹਣੇ ਸ਼ੂ ਆ ਇਹਨਾਂ ਦੇ, ਪਿਓਰ ਲੈਦਰ ਦੇ ਸ਼ੂ ਆ।
ਤੇ ਆ ਤੁਸੀਂ ਦੇਖ ਸਕਦੇ ਹੋ ਭਾਈ ਨੇ ਜਿਹੜੀ ਕਲੈਕਸ਼ਨ ਪਾਈ ਹੋਈ ਹੈ ਦੇਖਣ ਨੂੰ ਪੂਰੀ ਬ੍ਰਾਂਡਡ ਜਿਹੜੇ ਸ਼ੂਜ਼ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਭਾਜੀ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇਸ ਸ਼ੌਪ ਦੇ ਉੱਤੇ ਵਿਜ਼ਿਟ ਕਰਦੇ ਘੱਟੋ ਘੱਟ ਮੈਨੂੰ 4 ਸਾਲ ਹੋ ਗਏ ਇੱਥੇ ਆਉਂਦੇ ਹੋਏ ਜੀ ਅਤੇ ਜੋ ਕਲੈਕਸ਼ਨ ਇੱਥੇ ਮਿਲਦੀ ਹੋਰ ਕਿੱਥੇ ਨਹੀਂ ਮਿਲਦੀ ਜੀ ਫਗਵਾੜੇ ਦਾ ਛੋੜ ਕਿਤੇ ਜੀ ਹੋਰ ਕਿੱਥੇ ਬਣਿਆ ਕਿ ਜੋ ਬ੍ਰਾਂਡ ਮਿਲ ਰਿਹਾ ਹੈ ਜੋ ਆਪਾਂ ਨੂੰ ਮਤਲਬ ਕਿ ਕੰਫਰਟੇਬਲ ਮਿਲ ਰਿਹਾ ਜੋ ਆਪ ਸਭ ਤੋਂ ਵਧੀਆ ਬੰਦਾ ਦੇਖਦਾ ਕੰਫਰਟੇਬਲ ਪਹਿਲਾਂ ਪ੍ਰਾਈਸ ਰੀਜ਼ਨੇਬਲ ਬਹੁਤ ਇਹਨਾਂ ਨੂੰ ਮੈਂ ਹੀ ਲੈ ਕੇ ਆਇਆ ਜੀ ਇੱਥੇ ਠੀਕ ਹੈ ਇਹਨਾਂ ਨੂੰ ਵੀ ਅੱਛੀ ਲੱਗੀ ਕੁਆਲਿਟੀ ਬਹੁਤ ਵਧੀਆ ਲੱਗੀ ਤੋ ਦੇਖ ਸਕਦੇ ਹਾਂ ਭਾਜੀ ਤੁਸੀਂ ਸਾਡੇ ਕਸਟਮਰ ਵੀ ਬਹੁਤ ਸੈਟੀਸਫਾਈਡ ਇੰਨੇ ਇੰਨੇ ਸਾਲਾਂ ਤੋਂ ਸਾਡੇ ਕੋਲ ਜੁੜੇ ਆ ਜੇ ਜੁੜੇ ਆ ਤਾਂ ਕਿਸੇ ਗੱਲ ਕਰਕੇ ਜੁੜੇ ਆ ਪ੍ਰਾਈਸ ਕਰਕੇ ਜੁੜੇ ਆ ਜੇ ਤੁਸੀਂ ਵੀ ਮਾਡਰਨ ਸ਼ੂਜ਼ ਫਗਵਾੜਾ 'ਤੇ ਆ ਕੇ ਲੈਦਰ ਦੇ ਸ਼ੂਜ਼ ਮੈਰਿਜ ਦੇ ਸ਼ੂਜ਼ ਜਾਂ ਕਿਸੇ ਵੀ ਪਾਰਟੀ ਵਗੈਰਾ ਦੇ ਸ਼ੂਜ਼ ਲੈ ਜਾਂਦੇ ਹਾਂ ਤਾਂ ਆ ਕੇ ਦੇਖੋ ਸਾਡੇ ਕੋਲ ਬਹੁਤ ਜ਼ਿਆਦਾ ਕਲੈਕਸ਼ਨ ਆ ਫਗਵਾੜਾ ਦੇ ਵਿੱਚ ਇੱਕੋ ਇੱਕ ਸ਼ੋਰੂਮ ਜਿੱਥੇ ਤੁਹਾਨੂੰ ਸਾਰੇ ਬ੍ਰਾਂਡ ਇੱਕੋ ਹੀ ਛੱਤ ਹੇਠਾਂ ਮਿਲ ਜਾਣਗੇ ਮਾਡਰਨ ਸ਼ੂਜ਼ ਬੰਗਾ ਰੋਡ ਫਗਵਾੜਾ ਅਤੇ ਜੇ ਮਾਡਰਨ ਸ਼ੂਜ਼ ਦੀ ਗੱਲ ਕਰ ਲਈਏ ਮਾਡਰਨ ਸ਼ੂਜ਼ ਦੇ ਵਿੱਚ ਇਸ ਸ਼ੋਪ ਦੇ ਉੱਤੇ ਕੋਈ ਵੀ ਕਲੈਕਸ਼ਨ ਦੀ ਘਾਟ ਨਹੀਂ ਹੈਗੀ ਤੁਸੀਂ ਆਹ ਜਿਹੜੀ ਵੀ ਕਲੈਕਸ਼ਨ ਦੇਖ ਰਹੇ ਹੋ ਇਹ ਕੋਈ ਵੀ ਜ਼ਿਆਦਾ 2000 ਨਹੀਂ ਕੋਈ 3000 ਨਹੀਂ ਕੋਈ 4000 ਨਹੀਂ ਤੁਹਾਨੂੰ ਇੱਕੋ ਇੱਕ ਫਿਕਸਡ ਪ੍ਰਾਈਸ ਮਿਲੂਗਾ ਸਿਰਫ ਅਤੇ ਸਿਰਫ 1500 ਰੁਪਏ ਵਿੱਚ ਤੁਸੀਂ ਕੋਈ ਵੀ ਕਲੈਕਸ਼ਨ ਆਪਣੀ ਪਸੰਦ ਕਰਕੇ ਕੋਈ ਵੀ ਵਰਾਇਟੀ ਦਾ ਸ਼ੂਜ਼ ਜਿਹੜਾ ਆਪਣੇ ਕੋਲ ਪਰਚੇਜ਼ ਕਰ ਸਕਦੇ ਹੋ ਅਤੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਇਹਨਾਂ ਕੋਲ ਭਾਜੀ ਹੋਣਾ ਕੋਲ ਕੋਈ ਜਿਹੜੇ ਆਪਣੇ ਜੈਂਟਸ ਸ਼ੂਜ਼ ਨਹੀਂ ਇਹਨਾਂ ਕੋਲ ਲੇਡੀਜ਼ ਸ਼ੂਜ਼ ਦੀ ਵੀ ਜਿਹੜੀ ਪੂਰੀ ਕਲੈਕਸ਼ਨ ਹੈਗੀ ਆ ਆਪਾਂ ਇਸ 'ਚ ਗੱਲ ਕਰਨ ਤੋਂ ਪਹਿਲਾਂ ਆਪਾਂ ਇਸ ਸ਼ੋਪ ਦੇ ਮੇਨ ਓਨਰ ਦੇ ਨਾਲ ਗੱਲ ਕਰਦੇ ਹਾਂ ਕੀ ਹਾਲ ਚਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰੀਬ ਸਾਨੂੰ 77-78 ਤੋਂ ਅਸੀਂ ਇੱਥੇ ਦੁਕਾਨ ਕਰ ਰਹੇ ਹਾਂ ਅਤੇ 45 ਸਾਲ ਹੋ ਗਏ ਸਾਨੂੰ ਇੱਥੇ ਕੰਮ ਕਰਦਿਆਂ ਨੂੰ ਅਤੇ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਰਹੀ ਹੈ ਕਿ ਕਸਟਮਰ ਨੂੰ ਅੱਛੀ ਤੋਂ ਅੱਛੀ ਅਸੀਂ ਸਰਵਿਸ ਦੇਈਏ ਵਿੰਟਰ ਸਮਰ ਦੇ ਵਿੱਚ ਅਸੀਂ ਹਰ ਸਾਲ ਸੇਲ ਲਗਾ ਕੇ ਅਤੇ ਸਟੋਕ ਨੂੰ ਚੇਂਜ ਕਰ ਦਿੰਦੇ ਹਾਂ ਅਤੇ ਉਹਨਾਂ ਦੀ ਪੋਕਟ ਦਾ ਧਿਆਨ ਰੱਖਦੇ ਹੋ ਸਵੀਟਲ ਪੋਕਟ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ ਨੂੰ ਸ਼ੂਜ਼ ਦਿੰਦੇ ਹਾਂ ਅਤੇ ਕਸਟਮਰ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਦੇ ਹਾਂ ਸੋ ਜਦੋਂ ਵੀ ਤੁਹਾਡਾ ਫਗਵਾੜੇ ਚੱਕਰ ਲੱਗੇ ਮੋਸਟ ਵੈਲਕਮ ਆਓ ਇੱਕ ਵਾਰੀ ਦੁਕਾਨ 'ਤੇ ਜ਼ਰੂਰ ਹੋ ਕੇ ਜਾਓ ਧੰਨਵਾਦ ਤਾਂ ਲਓ ਜੀ ਇਹ ਸੀਗੇ ਇਸ ਸ਼ੋਪ ਦੇ ਓਨਰ ਅਤੇ ਹੁਣ ਆਪਾਂ ਇਹਨਾਂ ਦੇ ਬੇਟੇ ਦੇ ਨਾਲ ਗੱਲ ਕਰਦੇ ਹਾਂ ਅਤੇ ਉਹ ਆਪਾਂ ਨੂੰ ਹੁਣ ਦੱਸਣਗੇ ਲੇਡੀਜ਼ ਸ਼ੂਜ਼ ਦੀ ਜਿਹੜੀ ਕਲੈਕਸ਼ਨ ਹੈ ਉਹਨਾਂ ਬਾਰੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਜੈਂਟ ਸ਼ੂਜ਼ ਦੀ ਕਲੈਕਸ਼ਨ ਦਿਖਾਈ ਹੈ ਕਿ ਫਗਵਾੜਾ ਦੇ ਵਿੱਚ ਇੱਕੋ ਹੀ ਛੱਤ ਦੇ ਹੇਠਾਂ ਸਾਰੇ ਹੀ ਬ੍ਰਾਂਡ ਮਿਲਣਗੇ ਉੱਦਾਂ ਹੀ ਲੇਡੀਜ਼ ਸ਼ੂਜ਼ ਦੀ ਵੀ ਸਾਡੇ ਕੋਲ ਬਹੁਤ ਕਲੈਕਸ਼ਨ ਆ ਬੈਲੀਜ਼ ਦੀ ਕਲੈਕਸ਼ਨ ਹੋ ਗਈ ਬੂਟਸ ਦੀ ਕਲੈਕਸ਼ਨ ਹੋ ਗਈ ਆਹ ਦੇਖੋ ਲੌਂਗ ਬੂਟਸ ਦੀ ਕਲੈਕਸ਼ਨ ਹੋ ਗਈ ਕਲਰਫੁੱਲ ਬੈਲੀਆਂ ਦੀ ਕਲੈਕਸ਼ਨ ਹੋ ਗਈ ਨਿਓਨ ਕਲਰ 'ਚ ਬੈਲੀ ਹੋ ਗਈ ਬਹੁਤ ਹੀ ਸੋਹਣੀਆਂ ਸੋਹਣੀਆਂ ਬੈਲੀਆਂ ਫਲੈਟ ਬੈਲੀਆਂ ਕੈਜੂਅਲ ਹੀਲਸ ਦੇ ਵਿੱਚ ਵਿਆਹ ਸ਼ਾਦੀਆਂ ਲਈ ਬੈਲੀਆਂ ਚਾਹੀਦੀਆਂ ਉਹ ਵੀ ਰੇਂਜ ਮਿਲ ਜਾਏਗੀ ਡੇਲੀ ਪਾਉਣ ਲਈ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ ਆਫਿਸ 'ਚ ਪਾਉਣ ਲਈ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ ਬੱਚੇ ਦੀ ਕਲੈਕਸ਼ਨ ਚਾਹੀਦੀ ਉਹ ਵੀ ਮਿਲ ਜਾਏਗੀ ਬੱਚਿਆਂ ਦੀ ਬਹੁਤ ਹੀ ਵਧੀਆ ਰੇਂਜ ਆਈ ਹੋਈ ਆ ਬਹੁਤ ਹੀ ਵਧੀਆ ਕਲੈਕਸ਼ਨ ਆਈ ਹੋਈ ਆ ਸਪੋਰਟ ਸ਼ੂਜ਼ ਆ ਲੈਦਰ ਸ਼ੂਜ਼ ਆ ਸੋ ਕੁੜੀਆਂ ਅੱਜ ਕੱਲ੍ਹ ਲੈਗਿੰਗ ਨਾਲ ਜੈਗਿੰਗ ਨਾਲ ਹਰ ਤਰ੍ਹਾਂ ਨਾਲ ਕਹਿੰਦੀਆਂ ਕਿ ਅਸੀਂ ਸਪੋਰਟ ਸ਼ੂਜ਼ ਪਾਉਣੇ ਆ ਮੈਂ ਤਾਂ ਅੱਜ ਕੱਲ੍ਹ ਨਵੀਆਂ ਵੀਡੀਓਜ਼ ਦੇਖ ਰਿਹਾ ਲਹਿੰਗਿਆਂ ਦੇ ਨਾਲ ਕੁੜੀਆਂ ਸਪੋਰਟ ਸ਼ੂ ਪਾਉਣ ਲੱਗ ਗਈਆਂ ਅਤੇ ਅਸੀਂ ਉੱਦਾਂ ਦੀ ਕਲੈਕਸ਼ਨ ਵੀ ਲੈ ਕੇ ਆਏ ਹਾਂ ਬਹੁਤ ਹੀ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਲਓ ਜੀ ਜਮਾਂ ਹੀ ਘੈਂਟ ਕਲੈਕਸ਼ਨ ਜਿਹਨੂੰ ਘੈਂਟ ਕਹਿੰਦੇ ਆ ਨਾ ਕਲੈਕਸ਼ਨ ਉਹ ਕਲੈਕਸ਼ਨ ਆ ਮਾਡਰਨ ਸ਼ੂਜ਼ ਦੇ ਉੱਤੇ ਲਓ ਜੀ ਕੈਜੂਅਲ ਚੱਪਲਾਂ ਸਲਿੱਪਰ ਸੈਂਡਲ ਹੋਰ ਵੀ ਬਹੁਤ ਕਲੈਕਸ਼ਨ ਆਈ ਹੈ ਅਤੇ ਭਾਈ ਜਿਹੜੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਬੈਲੀਜ਼ ਪਈਆਂ ਨੇ ਇੱਥੇ ਇਹਦੇ ਵਿੱਚ ਆਪਾਂ ਨੂੰ ਕੀ ਪ੍ਰਾਈਜ਼ ਮਿਲ ਜਾ ਰਿਹਾ ਭਾਜੀ ਪਹਿਲੀ ਤਾਂ ਗੱਲ ਵਾ ਕਿ ਇਹਦੀਆਂ ਬੈਲੀਆਂ ਆ ਇਹ ਬਹੁਤ ਹੀ ਯੂਨੀਕ ਡਿਜ਼ਾਈਨ ਆ ਮੇਨ ਲਹਿੰਗੇ ਨਾਲ ਸਾੜੀਆਂ ਨਾਲ ਸੂਟਾਂ ਨਾਲ ਪਾਰਟੀ ਦੇ ਉੱਤੇ ਬ੍ਰਾਈਡਲ ਵੇਅਰ ਇਹ ਚੱਲਦੀਆਂ ਆ ਬਹੁਤ ਵਧੀਆ ਕਲੈਕਸ਼ਨ ਜ਼ਿਆਦਾਤਰ ਆਮ ਦੇਖਣ ਨੂੰ ਵੀ ਨਹੀਂ ਮਿਲਦੀਆਂ ਨਾ ਜਿਹੜੀਆਂ ਭਾਜੀ ਇਹ ਕਲੈਕਸ਼ਨ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਣੀ ਕਿਉਂਕਿ ਇਹ ਡਿਜ਼ਾਈਨ ਡਿਫਰੈਂਟ ਬਿਲਕੁਲ ਕੈਟਲੋਗ ਮੈਗਜ਼ੀਨ ਤੋਂ ਡਿਜ਼ਾਈਨ ਤਿਆਰ ਕਰਵਾਏ ਜਾਂਦੇ ਆ ਇਹ ਉਹ ਡਿਜ਼ਾਈਨਿੰਗ ਆ ਅਤੇ ਪ੍ਰਾਈਜ਼ ਦੀ ਤੁਸੀਂ ਗੱਲ ਕੀਤੀ ਆ ਪ੍ਰਾਈਜ਼ ਭਾਜੀ ਤੁਹਾਡੀ ਪੋਕਟ ਦੇ ਅਨੁਸਾਰ ਜਿਹੜਾ ਵੀ ਕਸਟਮਰ ਆਉਂਦਾ ਉਹਦੀ ਪੋਕਟ ਦੇ ਅਨੁਸਾਰ ਪ੍ਰਾਈਜ਼ ਲਗਾਏ ਜਾਂਦੇ ਆ ਲਓ ਜੀ ਤੁਹਾਨੂੰ ਹੀਲ ਦਿਖਾਉਣ ਜਾ ਰਹੇ ਹਾਂ ਸਟੋਨ ਵਾਲੀ ਹੀਲ ਇੰਨੇ ਨਗ ਤਾਂ ਮੈਂ ਕਹਿੰਦਾ ਕਿਸੇ ਸੁਨਿਆਰੇ ਦੀ ਦੁਕਾਨ 'ਤੇ ਨਹੀਂ ਪਏ ਹੁਣ ਦੇਖੋ ਜੀ ਬੜੇ ਨਗ ਲੱਗੇ ਹੋਏ ਆ ਹੀਲ ਦੇ ਵਿੱਚ ਬਿਲਕੁਲ ਡਿਫਰੈਂਟ ਡਿਫਰੈਂਟ ਕਲੈਕਸ਼ਨ ਬਹੁਤ ਹੀ ਸੋਹਣਾ ਸੈਂਡਲ ਲਹਿੰਗੇ ਦੇ ਨਾਲ ਪਾਉਣ ਲਈ ਕਈ ਵਾਰੀ ਕੁੜੀਆਂ ਕਹਿੰਦੀ ਸਾਡਾ ਲਹਿੰਗਾ ਬਹੁਤ ਲੰਬਾ ਆ ਹੀਲ ਵੱਡੀ ਚਾਹੀਦੀ ਆ ਅਤੇ ਲਓ ਵੱਡੀ ਹੀਲ ਦੇ ਵਿੱਚ ਐਨ ਡਿਜ਼ਾਈਨਰ ਹੀਲ ਜੇ ਇਕੱਲੀ ਹੀਲ ਵੀ ਦੇਖੇਗੀ ਤਾਂ ਵੀ ਚਮਕਾ ਮਾਰੇਗੀ ਅਤੇ ਭਾਅ ਜੀ ਇਹਦੇ ਵਿੱਚ ਵੀ ਆਪਾਂ ਨੂੰ ਡਿਸਕਾਊਂਟ ਮਿਲ ਜਾ ਰਿਹਾ ਭਾਅ ਜੀ ਬਿਲਕੁਲ ਸਾਰਿਆਂ ਦੇ ਵਿੱਚ ਡਿਸਕਾਊਂਟ ਮੈਂ ਤੁਹਾਨੂੰ ਪਹਿਲੇ ਵੀ ਇੱਕ ਵਾਰੀ ਬੇਨਤੀ ਕੀਤੀ ਹੈ ਕਿ ਜਿਹੜਾ ਵੀ ਇਹ ਵਾਲੀ ਵੀਡੀਓ ਸਾਡੇ ਕੋਲ ਲੈ ਕੇ ਆਏਗਾ ਉਹਨੂੰ ਅਸੀਂ ਮੈਕਸੀਮਮ ਡਿਸਕਾਊਂਟ ਕਰਾਂ ਜਿਹੜਾ ਇਸ ਮਾਧਿਅਮ ਦੇ ਰਾਹੀਂ ਵੀਡੀਓ ਸਾਡੇ ਕੋਲ ਲੈ ਕੇ ਆਏਗਾ ਤੁਹਾਡੀ ਯੂਟਿਊਬ ਦੇ ਚੈਨਲ ਦੀ ਲੈ ਕੇ ਆਏਗਾ ਉਹਨੂੰ ਅਸੀਂ ਬਹੁਤ ਸਾਰਾ ਡਿਸਕਾਊਂਟ ਦੇਵਾਂਗੇ ਬਹੁਤ ਸਾਰਾ ਪਿਆਰ ਦੇਵਾਂਗੇ ਅਤੇ ਤੁਸੀਂ ਦੇਖ ਸਕਦੇ ਹੋ ਇਹ ਸਿਰਫ ਅਤੇ ਸਿਰਫ ਔਫਰਾਂ ਤੁਹਾਨੂੰ ਤਾਂ ਮਿਲਣੀਆਂ ਨੇ ਜੇ ਤੁਸੀਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਅਤੇ ਸਕਰੀਨਸ਼ੋਟ ਭਾਜੀ ਕੋਲ ਲੈ ਕੇ ਆਉਂਗੇ
ਬਿਲਕੁਲ ਹੀ ਡਿਫਰੈਂਟ ਚੀਜ਼। ਪੰਜਾਬੀ ਜੁੱਤੀ ਦੇ ਨਾਲ ਮੈਚਿੰਗ ਕਲੱਚ, ਜਿਹੜਾ ਮਰਜ਼ੀ ਸੂਟ ਲੈ ਲਓ ਉਹਦੇ ਨਾਲ ਦਾ ਸੇਮ ਅਸੀਂ ਤੁਹਾਨੂੰ ਕਲੱਚ ਅਤੇ ਪੰਜਾਬੀ ਜੁੱਤੀ ਬਣਵਾ ਕੇ ਦੇਣੀ ਹੈ। ਆਹ ਲਓ ਮਲਟੀ ਕਲਰ ਦਾ ਤੁਹਾਡੇ ਸਾਰੇ ਸੂਟਾਂ ਨਾਲ ਜਾਣਾ, ਨਾਲ ਸੇਮ ਪੰਜਾਬੀ ਜੁੱਤੀ। ਕਈ ਵਾਰੀ ਕੁੜੀਆਂ ਕਹਿੰਦੀਆਂ ਵੀ ਸਾਡੀ ਦੇਖਣ ਨੂੰ ਨਹੀਂ ਮਿਲਦਾ ਇਹ ਕਲੈਕਸ਼ਨ, ਭਾਅ ਜੀ ਮੈਂ ਕਹਿੰਦਾ ਕਈ ਵਾਰੀ ਤਾਂ ਸਾਨੂੰ ਕੁੜੀਆਂ ਇਹ ਵੀ ਕਹਿ ਦਿੰਦੀਆਂ ਕਿ ਸਾਨੂੰ ਹੀਲ ਵਾਲੀ ਪੰਜਾਬੀ ਜੁੱਤੀ ਚਾਹੀਦੀ, ਅਸੀਂ ਸੇਮ ਡਿਜ਼ਾਈਨ ਦੀ ਅਸੀਂ ਹੀਲ ਵਾਲੀ ਪੰਜਾਬੀ ਜੁੱਤੀ ਵੀ ਬਣਵਾਈ। ਆਹ ਦੇਖੋ ਦੇਖੋ ਕਲੈਕਸ਼ਨ, ਇੱਦਾਂ ਦੀ ਕਲੈਕਸ਼ਨ ਕਿੱਥੇ ਮਿਲ ਜਾਣੀ ਹੈ, ਸਿਰਫ ਅਤੇ ਸਿਰਫ ਮਾਡਰਨ ਸ਼ੂਜ਼ 'ਤੇ ਮਿਲਣੀ ਹੈ। ਸੋ ਇੱਕ ਵਾਰੀ ਆਓ ਫਗਵਾੜਾ ਮਾਡਰਨ ਸ਼ੂਜ਼, ਆਪਣੇ ਵਿਆਹ ਦੀ ਕਲੈਕਸ਼ਨ ਸਾਰੀ ਤੁਸੀਂ ਇੱਕੋ ਹੀ ਛੱਤ ਦੇ ਹੇਠਾਂ ਲੈ ਸਕਦੇ ਹਾਂ। ਸਾਡੇ ਕੋਲ ਬੈਗਸ ਦੀ ਕਲੈਕਸ਼ਨ ਬੜੀ ਆ, ਸਾਡੇ ਕੋਲ ਕਸਟਮਾਈਜ਼ ਕਲੱਚ ਹੈਗੇ ਆ, ਜੇ ਤੁਸੀਂ ਇਹਦੇ ਉੱਤੇ ਕੁਛ ਲਿਖਵਾਉਣਾ ਆ, ਪੰਜਾਬਣ ਜੱਟੀ ਆ ਜੋ ਤੁਹਾਡਾ ਨਾਮ ਆ, ਉਹ ਵੀ ਅਸੀਂ ਲਿਖ ਕੇ ਕਲਰ ਸੇਮ ਤੁਹਾਨੂੰ ਦੇ ਕੇ ਡਿਜ਼ਾਇਨ ਸੇਮ ਪੈਟਰਨ ਤਿਆਰ ਕਰਕੇ ਵਿਦਇਨ ਵੀਕ ਤੁਹਾਨੂੰ ਅਸੀਂ ਡਿਜ਼ਾਇਨਿੰਗ ਦੇ ਦੇਵਾਂਗੇ। ਓਹੋ ਭਾਜੀ ਆਹ ਤੁਸੀਂ ਜੱਟੀ ਲਿਖਿਆ ਹੋਇਆ ਇੱਥੇ, ਭਾਜੀ ਕੋਈ ਵੀ ਨਾਂ ਆ ਸਕਦਾ ਇੱਥੇ? ਮੈਂ ਕਿਹਾ ਭਾਜੀ ਜੱਟੀ, ਪੰਜਾਬਣ, ਕੌਰ, ਹੀਰ, ਰਾਂਝਾ, ਤੁਸੀਂ ਜੋ ਲਿਖਵਾਉਣਾ, ਤੁਸੀਂ ਜੋ ਜਿਹੜਾ ਮਰਜ਼ੀ ਰੰਗ ਬਣਵਾ ਲਓ, ਸਾਰੇ ਰੰਗ ਸਾਡੇ ਕੋਲ ਤਿਆਰ ਕੀਤੇ ਜਾਂਦੇ। ਇੱਕ ਹਫ਼ਤੇ ਦੇ ਅੰਦਰ ਅੰਦਰ ਤੁਹਾਡੀ ਮਰਜ਼ੀ ਦਾ ਡਿਜ਼ਾਇਨ, ਤੁਹਾਡੀ ਮਰਜ਼ੀ ਦਾ ਕਲਰ, ਤੁਹਾਡੀ ਮਰਜ਼ੀ ਦਾ ਨਾਮ, ਜੋ ਲਿਖਵਾਉਣਾ ਤੁਸੀਂ ਲਗਵਾ ਸਕਦੇ ਹਾਂ। ਕਿੱਥੇ? ਮਾਡਰਨ ਸ਼ੂਜ਼, ਬੰਗਾ ਰੋਡ, ਫਗਵਾੜਾ 'ਤੇ। ਅਤੇ ਭਾਅ ਜੀ ਹੋਰ ਵੀ ਕੋਈ ਕਲੈਕਸ਼ਨ ਹੈਗੀ ਆਪਣੇ ਕੋਲ ਇਹਦੇ ਨਾਲ? ਭਾਅ ਜੀ ਬਹੁਤ ਕਲੈਕਸ਼ਨ ਆ, ਤੁਸੀਂ ਇੱਕ ਵਾਰੀ ਆਓ ਸਹੀ ਮਾਡਰਨ ਸ਼ੂਜ਼ ਉੱਤੇ, ਤੁਹਾਨੂੰ ਸਾਰੀ ਕਲੈਕਸ਼ਨ ਦਿਖਾਵਾਂਗੇ। ਸਾਡੇ ਕੋਲ ਜਵੈਲਰੀ ਭਾਅ ਜੀ ਜਿਹੜੀ ਆਹ ਬਹੁਤ ਘੈਂਟ ਘੈਂਟ ਕਲੈਕਸ਼ਨ ਜਿਹੜੀ ਪਈ ਹੈਗੀ ਆ ਇੱਥੇ, ਇਹਦੇ ਵਿੱਚ ਵੀ ਆਪਾਂ ਨੂੰ ਕੋਈ ਡਿਸਕਾਊਂਟ ਮਿਲ ਰਿਹਾ? ਭਾਅ ਜੀ ਸਾਰਿਆਂ 'ਚ ਡਿਸਕਾਊਂਟ ਕਰਾਂਗੇ। ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਤੁਹਾਡੀ ਵੀਡੀਓ ਲੈ ਕੇ ਆਏਗਾ ਉਹਦਾ ਸਪੈਸ਼ਲ ਮਾਨ ਕੀਤਾ ਜਾਵੇਗਾ। ਉਹ ਪਹਿਲੇ ਸਾਨੂੰ ਨਾਂ ਵੀ ਦੱਸੇ ਚਾਹੇ ਕਿ ਅਸੀਂ ਤੁਹਾਡੀ ਵੀਡੀਓ ਦੇਖ ਕੇ ਆਏ ਹਾਂ, ਪਹਿਲੇ ਸਾਡੇ ਕੋਲ ਰੇਟ ਲਗਵਾ ਲਵੇ, ਜਦੋਂ ਦਿਖਾਊਗਾ ਤੁਹਾਡੀ ਵੀਡੀਓ ਉਹਦਾ ਸਪੈਸ਼ਲ ਮਾਨ ਕੀਤਾ ਜਾਊਗਾ। ਓਏ ਹੋਏ 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 ਭਾਈ, ਜਿਹੜੀ ਤੁਸੀਂ ਆ ਫਰੰਟ ਦੇ ਉੱਤੇ ਕਲੈਕਸ਼ਨ, ਆਹ ਦੇਖੋ ਵੀ ਰੰਗ, ਤੁਸੀਂ ਭਾਈ ਕਿੱਥੋਂ ਲੈ ਕੇ ਆਉਣੇ ਇੰਨੇ ਸਾਰੀ ਕਲੈਕਸ਼ਨ, ਇੰਨੇ ਸਾਰੇ ਆਹ ਭਾਈ ਬੈਲਟਾਂ ਵੀ ਰੱਖੀਆਂ ਹੋਈਆਂ ਨੇ ਭਾਜੀ। ਭਾਜੀ ਭਾਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈ ਦੀ ਹੈ, ਕੁੜੀਆਂ ਦੇ ਵਿਆਹ ਸ਼ਾਦੀਆਂ ਦੀ ਰੇਂਜ, ਉਹਨਾਂ ਨੇ ਜਿਹੜਾ ਵੀ ਲਹਿੰਗਾ ਲੈਣਾ ਨਾਲ ਮੈਚਿੰਗ ਬਣਵਾਈ ਦੇ ਆ ਕਲੱਚ, ਅਤੇ ਮੁੰਡਿਆਂ ਦੇ ਲਈ ਬੈਲਟਾਂ, ਪਰਸ, ਮੁੰਡਿਆਂ ਦੇ ਜੈਂਟਸ ਵਾਲਟ, ਸਾਰੇ ਤਰ੍ਹਾਂ ਦੀ ਰੇਂਜ ਤੁਹਾਨੂੰ ਮਿਲ ਜਾਣੀ। ਆਹ ਦੇਖੋ ਆਰਟੀਫਿਸ਼ਲ ਜਵੈਲਰੀ ਵੀ ਬਹੁਤ ਸੋਹਣੀ ਸੋਹਣੀ ਲਾਈ ਹੋਈ ਅਸੀਂ ਕੁੜੀਆਂ ਦੇ ਲਈ, ਕੁੰਦਨ ਦੀ ਜਵੈਲਰੀ, ਆਰਟੀਫਿਸ਼ਲ ਜਵੈਲਰੀ, ਏਅਰਿੰਗਸ, ਪੂਰੀ ਕਲੈਕਸ਼ਨ ਤੁਹਾਨੂੰ ਕਿੱਥੇ ਮਿਲਣੀ ਹੈ? ਸਿਰਫ ਇੱਕੋ ਹੀ ਸਟੋਰ, ਮਾਡਰਨ ਸ਼ੂਜ਼, ਬੰਗਾ ਰੋਡ, ਫਗਵਾੜਾ। ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ, ਲੋਹੜੀ ਆ ਗਈ ਹੈ, ਲੋਹੜੀ ਦੇ ਉੱਤੇ ਲੋਕਾਂ ਨੇ ਲੋਹੜੀ ਪਾਉਣੀ, ਆਪਣੇ ਬੱਚਿਆਂ ਦੀ ਲੋਹੜੀ ਪਾਉਣੀ, ਧੀਆਂ ਦੀ ਲੋਹੜੀ ਅੱਜ ਕੱਲ੍ਹ ਪੈਂਦੀ ਹੈ। ਸੋ ਬਹੁਤ ਖੁਸ਼ ਹਾਂ ਅਸੀਂ ਕਿ ਪੰਜਾਬ ਦੇ ਵਿੱਚ ਧੀਆਂ ਦੀ ਲੋਹੜੀ ਪੈ ਰਹੀ ਹੈ। ਸੋ ਅਸੀਂ ਇਹ ਵੀ ਇਹਨਾਂ ਨੂੰ ਬੜਾਵਾ ਦਿੰਦੇ ਹਾਂ ਗੱਲ ਨੂੰ, ਬਹੁਤ ਵਧੀਆ ਲੱਗਦਾ ਹੈ ਸਾਨੂੰ। ਸੋ ਮਾਡਰਨ ਸ਼ੂਜ਼, ਬੰਗਾ ਰੋਡ, ਫਗਵਾੜਾ 'ਤੇ ਜਲਦੀ ਜਲਦੀ ਆ ਜਾਓ ਅਤੇ ਝੋਲੇ ਭਰ ਭਰ ਕੇ ਲੈ ਜਾਓ, ਬਹੁਤ ਸਾਰੀ ਕਲੈਕਸ਼ਨ ਆਈ ਹੋਈ ਹੈ। ਧੰਨਵਾਦ। ਅਤੇ ਭਾਅ ਜੀ ਹੁਣ ਆਪਾਂ ਉਹਨਾਂ ਬੰਦਿਆਂ ਦੀ ਤਾਂ ਗੱਲ ਕਰ ਲਈ ਜਿਹੜੇ ਇਸ ਸ਼ੋਪ ਦੇ ਉੱਤੇ ਵਿਜ਼ਿਟ ਕਰਦੇ ਨੇ, ਅਤੇ ਜਿਹੜੇ ਵੀਡੀਓ ਨੂੰ ਦੇਖ ਰਹੇ ਨੇ ਦੂਰ ਬੈਠੇ ਨੇ, ਜਿਹੜੇ ਵੀਵਰ ਆਪਣੇ, ਉਹ ਕਿਸ ਤਰ੍ਹਾਂ ਸ਼ੋਪਿੰਗ ਕਰ ਸਕਦੇ ਨੇ ਇਸ ਸ਼ੋਪ 'ਤੇ? ਜਿਹੜੇ ਸਾਡੇ ਵੀਵਰਸ ਦੂਰ ਬੈਠੇ ਨੇ, ਹਾਂਜੀ, ਉਹਨਾਂ ਦੇ ਵਾਸਤੇ ਅਸੀਂ ਫੈਸਿਲਿਟੀ ਦਿੱਤੀ ਹੋਈ ਹੈ, ਉਹ ਸਾਨੂੰ ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰਨ। ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਅਸੀਂ ਹਰ ਚੀਜ਼ ਨੂੰ ਅਪਡੇਟ ਕਰਦੇ ਹਾਂ ਵਿਦ ਪ੍ਰਾਈਜ਼, ਹਰ ਚੀਜ਼, ਸ਼ੂਜ਼, ਬੈਗਸ, ਬੈਲਟਸ, ਜੋ ਵੀ ਸਾਡੇ ਕੋਲ ਅਵੇਲੇਬਲ ਹੈ, ਅਸੀਂ ਹਰ ਚੀਜ਼ ਨੂੰ ਫੇਸਬੁੱਕ ਦੇ ਉੱਤੇ ਔਰ ਇੰਸਟਾਗ੍ਰਾਮ ਦੇ ਉੱਤੇ ਵਿਦ ਪ੍ਰਾਈਜ਼ ਪਾਉਂਦੇ ਹਾਂ। ਤੁਸੀਂ ਪੇਜ ਨੂੰ ਫੋਲੋ ਕਰੋ, ਮਾਡਰਨ ਸ਼ੂਜ਼ ਫਗਵਾੜਾ। ਫੇਸਬੁੱਕ ਦੇ ਉੱਤੇ ਵੀ ਸਾਡਾ ਪੇਜ ਬਣਿਆ ਹੋਇਆ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਬਣਿਆ ਹੋਇਆ। ਤੁਸੀਂ ਜੋ ਵੀ ਸਾਨੂੰ ਔਡਰ ਕਰੋਗੇ, ਅਸੀਂ ਤੁਹਾਨੂੰ ਬਾਹਰ ਜਿੱਥੇ ਵੀ ਤੁਸੀਂ ਹੈਗੇ ਹੋ, ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇੰਗਲੈਂਡ ਦੇ ਵਿੱਚ, ਤੁਸੀਂ ਜਿੱਥੇ ਵੀ ਬੈਠੇ ਹੋ, ਅਸੀਂ ਉਹ ਚੀਜ਼ ਤੁਹਾਨੂੰ ਉੱਥੇ ਪਹੁੰਚਾਵਾਂਗੇ। ਹਰ ਚੀਜ਼ ਦੀ ਸ਼ਿਪਿੰਗ ਹੁੰਦੀ ਹੈ, ਤੁਸੀਂ ਜਿੱਥੇ ਵੀ ਬੈਠੇ ਹੋ, ਉਹ ਤੁਸੀਂ ਸਿਰਫ਼ ਇੱਕ ਪੇਜ ਨੂੰ ਲਾਈਕ ਕਰਨਾ ਔਰ ਤੁਸੀਂ ਸਾਨੂੰ ਉਹਦੇ ਉੱਤੋਂ ਦੇਖ ਕੇ ਸਿਰਫ ਔਡਰ ਕਰਨਾ, ਅਸੀਂ ਤੁਹਾਨੂੰ ਉਹ ਚੀਜ਼ ਤੁਹਾਡੇ ਘਰ ਬੈਠੇ ਪਹੁੰਚਾਵਾਂਗੇ। ਸੋ ਅਸੀਂ ਇਕੱਲੇ ਸ਼ੂਜ਼ ਹੀ ਨਹੀਂ ਕੋਰੀਅਰ ਕਰਦੇ, ਅਸੀਂ ਇਕੱਲੇ ਸ਼ੂਜ਼ ਹੀ ਨਹੀਂ ਬਾਹਰ ਪਹੁੰਚਾਉਂਦੇ। ਆਹ ਦੇਖੋ ਇੱਧਰ ਆਓ, ਕੈਮਰਾ ਲੈ ਕੇ ਆਓ, ਇੱਧਰ ਉਰੇ ਆਓ, ਅਸੀਂ ਬੰਦੇ ਵੀ ਬਾਹਰ ਪਹੁੰਚਾਉਂਦੇ ਹਾਂ। ਇਹ ਵੀ ਫੈਸਿਲਿਟੀ ਹੈਗੀ ਆ ਭਾਈ, ਲੈ ਭਾਅ ਜੀ ਇੱਥੇ ਆਪਣਾ ਫਗਵਾੜੇ 'ਚ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਆਫਿਸ ਆ, ਆਪਣੇ ਕੋਲ ਬੱਚੇ ਆਇਲਸ ਵੀ ਕਰਦੇ ਆ, ਅਤੇ ਆਇਲਸ ਵੀ, ਆਇਲਸ ਕਰਨ ਤੋਂ ਬਾਅਦ ਵੀਜ਼ੇ ਵੀ ਲੈ ਕੇ ਜਾਂਦੇ ਆ। ਸੋ ਵਿਜ਼ਟਰ ਵੀਜ਼ੇ ਵੀ ਲੈਂਦੇ ਆ, ਸਟੂਡੈਂਟ ਵੀਜ਼ੇ ਵੀ ਲੈਂਦੇ ਆ, ਤੁਸੀਂ ਇਹ ਵੀ ਸਰਵਿਸ ਫਗਵਾੜਾ ਦੇ ਵਿੱਚ ਹੀ ਲੈ ਸਕਦੇ ਹੋ। ਤੁਹਾਨੂੰ ਮੈਂ ਥੋੜ੍ਹੀ ਦੇਰ ਪਹਿਲੇ ਵੀ ਵੀਡੀਓ 'ਚ ਕਿਹਾ ਸੀ ਕੋਈ ਛੱਤ ਦੇ ਹੇਠਾਂ ਸਾਰੇ ਕੰਮ, ਬਾਕੀ ਉਹਦੇ ਸ਼ੂਆਂ ਦੀ ਆਵਾਜ਼ ਬਹੁਤ ਉੱਚੀ ਹੈ, ਤੂੰ ਕਾਕਾ ਹੌਲੀ ਹੌਲੀ ਉੱਤੇ ਚੜ੍ਹਿਆ ਕਰ, ਮੈਂ ਤੁਹਾਨੂੰ ਦੱਸਾਂ। ਸੋ ਇੱਕੋ ਹੀ ਛੱਤ ਦੇ ਹੇਠਾਂ ਸਾਰੇ ਕੰਮ, ਮਾਡਰਨ ਸ਼ੂਜ਼, ਬੰਗਾ ਰੋਡ, ਫਗਵਾੜਾ 'ਤੇ ਆਓ, ਝੋਲੇ ਭਰ ਭਰ ਕੇ ਲੈ ਕੇ ਜਾਓ, ਅਤੇ ਬਾਹਰ ਜਾਣ ਦਾ ਸਾਧਨ ਵੀ ਤੁਹਾਨੂੰ ਅਸੀਂ ਦੱਸਾਂਗੇ। ਚੱਲ ਕਨੇਡਾ। ਅਤੇ ਭਾਅ ਜੀ ਹੁਣ ਸਾਨੂੰ ਜਾਣ ਲੱਗਿਆ, ਇੱਕ ਅੱਧੀ ਔਫਰ ਹੋਰ ਦੇ ਦਿਓ ਭਾਅ ਜੀ ਸਾਡੇ ਵੀਵਰਾਂ ਨੂੰ। ਭਾਅ ਜੀ ਮੈਂ ਤਾਂ ਤੁਹਾਨੂੰ ਆਲਰੇਡੀ ਬਹੁਤ ਔਫਰਾਂ ਦੇ ਦਿੱਤੀਆਂ ਆ ਕਿ ਤੁਹਾਡੇ, ਆਪਾਂ ਇਹਨਾਂ ਨੂੰ ਲੋਹੜੀ ਦੀ ਔਫਰ ਦਿੰਦੇ ਹਾਂ। ਲਓ ਜੀ ਚਲੋ, ਭਰਾ ਉਹਨਾਂ ਨੇ ਕਹਿ ਤਾ ਕਿ ਤੁਹਾਨੂੰ ਲੋਹੜੀ ਦੀ ਔਫਰ ਦਿੰਦੇ ਹਾਂ। ਸੋ ਅਸੀਂ ਬੜੇ ਖੁਸ਼ ਹਾਂ ਕਿ ਅੱਜ ਕੱਲ੍ਹ ਧੀਆਂ ਦੀ ਲੋਹੜੀ
असी भी जिहड़ा भी ये वीडियो देख के साडे कोल आएगा लोहड़ी ते उहनूं 20-25% लैस दित्ती जाएगी हर शूज़ दे विच। लोहड़ी तक के ऑफर है नहीं यार, तू 2 दिन होर वधा दे, 15 तरीक तक ऑफर। लो जी भाजी उन्होंने कहता, भाजी होनी तां बड़े दयाल होए आ, 15 तरीक तक लोहड़ी की ऑफर दे रहे हैं। सो जिहड़ा भी आऊगा उहनूं 20-25% लैस आ लोहड़ी की ऑफर। थैंक यू सो मच। तो चलो ये साड़ी आज की वीडियो, वीडियो कहो जी लगी लाइक कमेंट शेयर करके जरूर दस्यो, तो साडा चैनल सब्सक्राइब करना ना भुल्यो, तो मिलते हैं थानू अगली वीडियो में।